अपने वीर अज अपने एरिए दे विच राशन लैके ते अचार लैके पहुंचे आ। सौ वीरां नाल करदे गलबात तां जो जिहड़ा मेरा वीर गांह वी अहीं तुहानूं अपील करदे आ, जिहड़ा वीर आवे ओह कॉन्टैक्ट करके आया करो, क्योंकि जिहड़ा खज्जल होण नालों चंगा तुसीं कॉन्टैक्ट करके आओ। सो वीरां नाल करदे गलबात। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਡਾ ਜ਼ਿਲ੍ਹਾ ਲੁਧਿਆਣਾ ਅਤੇ ਪਿੰਡ ਰੰਗੂਵਾਲ, ਠੀਕ ਹੈ ਜੀ, ਇੱਥੋਂ ਆਏ ਹਾਂ। ਇਹ ਪਿੰਡ ਦੇ ਸਹਿਯੋਗ ਨਾਲ ਹੀ ਆਪਾਂ ਲੈ ਕੇ ਆਏ ਹਾਂ, ਪਿੰਡ ਦਾ ਸਹਿਯੋਗ NRI ਵੀਰਾਂ ਦੇ ਸਹਿਯੋਗ ਨਾਲ। ਅਸੀਂ ਇਹਨਾਂ ਨੇ ਪਹਿਲਾਂ ਸੈਲਡਾ ਸਾਡੇ ਕੋਲ, ਅਤੇ ਮੱਝਾਂ ਨੂੰ ਪਾਉਣ ਵਾਸਤੇ ਦਾਣਾ ਵਗੈਰਾ ਵਾ, ਠੀਕ ਹੈ, ਇਹ ਚੀਜ਼ਾਂ ਲੈ ਕੇ ਆਏ। ਕਿੰਨੇ ਦੋ ਟਰਾਲੇ ਲੈ ਕੇ ਆਏ ਤੁਸੀਂ ਅੱਜ? ਹਾਂਜੀ, ਦੋ ਟਰਾਲੇ ਲੈ ਕੇ ਆਏ। ਠੀਕ ਹੈ ਜੀ। ਸੋ ਆਪਣੇ ਵੀਰੋ ਜਿਹੜਾ ਵੀ ਮੇਰੇ ਵੀਰ ਇਲਾਕੇ ਦੇ ਵਿੱਚ ਵੀ ਜਿਹੜੇ ਜਿੱਥੇ ਰਾਸ਼ਨ ਪਹੁੰਚਦਾ ਉਹਨਾਂ ਵੀਰਾਂ ਨੂੰ ਵੀ ਅਪੀਲ ਆ ਕਿ ਜਿਹੜਾ ਰਾਸ਼ਨ ਤੁਸੀਂ ਜੋੜਨਾ ਸ਼ੁਰੂ ਕੀਤਾ ਆ ਉਹ ਬੰਦ ਕਰੋ, ਕਿਉਂਕਿ ਵੀਰ ਦੇਖੋ ਕਿੰਨੀ ਕਿੰਨੀ ਦੂਰੋਂ ਰਾਸ਼ਨ ਲੈ ਕੇ ਆਉਂਦੇ, ਕਿੰਨਾ ਮਤਲਬ ਕਿ ਰਾਤਾਂ ਕੱਟ ਕੇ ਤੇਲ ਬਾਲ ਕੇ ਕਿੰਨਾ ਖਰਚਾ ਕਰਕੇ ਆਉਂਦੇ ਆ। ਸੋ ਜਿਹੜੇ ਮੇਰੇ ਵੀਰ ਰਾਸ਼ਨ ਜੋੜਦੇ ਆ ਉਹਨਾਂ ਨੂੰ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਬੇਨਤੀ ਕਰ ਸਕਦੇ ਹਾਂ ਕਿ ਜਿਹੜਾ ਤੁਸੀਂ ਰਾਸ਼ਨ ਜੋੜਦੇ ਹੋ ਇਹ ਕਿਸੇ ਹੋਰ ਪਸ਼ੂ ਦੇ ਜਿਹੜਾ ਪੇਟ ਵਿੱਚ ਪੈ ਜਾਊਗਾ, ਕਿਉਂਕਿ ਹੋਰ ਕਾਫੀ ਸੰਗਤਾਂ ਜਿਹੜੀਆਂ ਰਾਸ਼ਨ ਲੈ ਕੇ ਲਗਾਤਾਰ ਨਿਰੰਤਰ ਜਾਰੀ ਆਉਂਦੀਆਂ ਰਹਿੰਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ, ਇਹ ਜਿਹੜੀ ਵੀਡੀਓ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤ ਸਹੀ ਤਰੀਕੇ ਨਾਲ ਆਪਣੇ ਇਲਾਕੇ ਦੇ ਵਿੱਚ ਪਹੁੰਚ ਸਕੇ। ਸੋ ਇਹ ਵੀਰ ਜੀ ਆਪਣੇ ਸਾਰੇ ਪਿੰਡ ਇੱਕ ਵੀ ਦੁਬਾਰਾ ਬੋਲਿਓ ਪਿੰਡ ਦਾ ਨਾਮ। ਧੀਰੇ ਘਰ ਲੈ ਕੇ ਜਾ ਰਹੇ ਇਹ ਆਪਣੇ ਰਿਸ਼ਤੇਦਾਰ ਸਾਰੇ ਵੀਰੋ ਨਾ, ਆਪਣੇ ਭਰਾ ਨੇ ਸਾਰੇ। ਠੀਕ ਹੈ ਠੀਕ ਹੈ ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਰਿਆਂ ਦਾ ਮੇਰੇ ਵੀਰੋ, ਬਹੁਤ ਬਹੁਤ ਧੰਨਵਾਦ। ਸੋ ਮਹਾਰਾਜ ਦੀ ਬਹੁਤ ਕਿਰਪਾ ਚੜ੍ਹਦੀ ਗਲਾ ਸੱਚੇ ਪਾਤਸ਼ਾਹ ਕਾਰਪੁਰ ਕਿਰਪਾ ਕਰਨ, ਬੜਾ ਵਧੀਆ ਉਪਰਾਲਾ ਕੀਤਾ ਮੇਰੇ ਵੀਰਾਂ ਨੇ।